ਮੇਰੀ ਮਾਂ ਕੋਲ ਆਈ ਸੀ, ਆਖੇ ਮੁੰਡੇ ਦਾ ਸਾਖ ਦੇ ਦਵੋ, ਕੁੜੀ ਸਾਡੀ ਘਰੇ ਬੈਠੀ ਆ। ਆਹੋ, ਮੁੰਡਾ ਸੀ ਤਖਤ ਹਜ਼ਾਰੇ ਦਾ ਰਾਂਝਾ। ਜੇ ਮੈਂ ਤਖਤ ਹਜ਼ਾਰੇ ਦਾ ਰਾਂਝਾ ਨਹੀਂ ਤਾਂ ਤੂੰ ਵੀ ਝੰਗ ਸਿਆਲਾਂ ਦੀ ਹੀਰ ਸਲੇਟੀ ਨਹੀਂ ਸੀ। ਤੂੰ ਸਾਫ ਸਾਫ ਦੱਸ ਤੇਰੀ ਉਮਰ ਕਿੰਨੀ ਆ? ਆਹੀ 40 ਕੁ ਸਾਲ। ਕੀ ਆਖਿਆ, ਇੱਕ ਵਾਰੀ ਫੇਰ ਤਾਂ ਆਖੀ। 40 ਕੁ ਸਾਲ ਨੀ, ਮੂੰਹ ਚ ਤੇਰੇ ਸਾਰੇ ਦੰਦ ਨਕਲੀ, ਅੱਖਾਂ ਤੋਂ ਤੈਨੂੰ ਦੀਂਦਾ ਨੀ, ਗੋਡਿਆਂ ਤੋਂ ਤੈਥੋਂ ਤੁਰਿਆ ਨੀ ਜਾਂਦਾ। ਹੋਣੀ ਏ ਕੋਈ 40 ਕੁ ਸਾਲ। ਤੁਹਾਡੀ ਤੀਵੀਆਂ ਦੀ ਤਾਂ ਆਦਤ ਹੈ, ਹਮੇਸ਼ਾ ਹੀ ਆਪਣੀ ਉਮਰ ਘੱਟ ਦੱਸੋਗੀ। ਇੱਕ ਗੱਲ ਮੈਂ ਤੈਨੂੰ ਦੱਸਾਂ, ਜੇ ਮੇਰੀ ਉਮਰ 40 ਤੋਂ ਉੱਤੇ ਹੈ ਤਾਂ ਮੈਂ ਇੰਨੀ ਵੀ ਬੁੜੀ ਨੀ ਵੀ ਇੰਨੀ ਛੇਤੀ ਮਰ ਜੂਗੀ। ਆਹੋ, ਇੰਨੀ ਕਿਸਮਤ ਸਾਡੀ ਕਿੱਥੇ ਚੰਗੀ ਬਈ, ਤੂੰ 40 ਸਾਲ ਪਹਿਲਾਂ ਮਰ ਜਾਂਦੀ। ਜੇ ਤੂੰ 40 ਸਾਲ ਪਹਿਲਾਂ ਮਰ ਜਾਂਦੀ ਤਾਂ ਮੈਂ ਵਿਆਹ ਹੋਰ ਕਰਾ ਲੈਣਾ ਸੀ। ਹੁਣ ਕਰਵਾ ਲੈ, 40 ਸਾਲ ਪਹਿਲਾਂ ਤਾਂ ਮੇਰਾ ਉਹ ਜਲਵਾ ਸੀ ਜਿਧਰੋਂ ਦੀ ਲੰਘ ਜਾਂਦੀ ਲੋਕੀ ਦੇਖਦੇ ਰਹਿ ਜਾਂਦੇ ਤੇ ਬੁੱਢੀਆਂ ਕਹਿ ਦਿੰਦੀਆਂ ਮਿਲਖੀ ਦੀ ਬੋਡੀ ਤਾਂ ਮੇਰਾ ਚੰਨ ਹੈ ਚੰਨ। ਆਖੇ ਬੁੱਢੀਆਂ ਕਹਿੰਦੀਆਂ ਮਿਲਕੀ ਦੀ ਬੋਡੀ ਦਾ ਨੀਰਾ ਚੰਨ ਹੈ ਚੰਨ। ਹੁਣੇ ਤਾਂ ਕਹਿੰਦੀ ਸੈ ਆਖੇ ਮੇਰੀ ਉਮਰਾਂ 40 ਸਾਲ, ਮੈਂ ਹੁਣ ਕਹਿਣ ਲੱਗ ਪਈ ਹੈ 40 ਸਾਲ ਪਹਿਲਾਂ ਮੇਰਾ ਉਹ ਜਲਵਾ ਸੀ ਜਿੱਧਰ ਦੀ ਵੀ ਲੰਘ ਜਾਂਦੀ ਤਾਂ ਲੋਕੀ ਗਸ਼ ਖਾ ਖਾ ਪੈਂਦੇ ਸੀ। ਆਹੋ, ਡਿੱਗ ਪੈਂਦੇ ਸੀ ਗਸ਼ ਖਾ ਖਾ ਕੇ। ਬਸ ਕਰ ਆਪਣੀਆਂ ਝੂਠੀਆਂ ਤਾਰੀਫਾਂ ਨੂੰ, ਇੱਕ ਗੱਲ ਮੇਰੀ ਧਿਆਨ ਨਾਲ ਸੁਣ, ਜਦੋਂ ਵੀ ਕੋਈ ਪਟਵਾਰੀ ਜਾਂ ਬੰਦਾ ਸਰਕਾਰੀ ਘਰੇ ਤੇਰੀ ਉਮਰ ਪੁੱਛਣ ਆਵੇ ਤਾਂ ਆਪਣੀ ਉਮਰ 60 ਸਾਲ ਤੋਂ ਘੱਟ ਨਾ ਦੱਸੀ। ਵੇ ਉਹ ਕਿਉਂ ਨੀ, ਤਾਂਹੀਓ ਤਾਂ ਕੁੰਡਾ ਖੜਕੂਗਾ। ਜੇ ਮੈਂ ਉਹਨਾਂ ਨੂੰ ਕਹੂੰ ਵੀ ਮੇਰੀ ਉਮਰ 60 ਸਾਲ ਤੋਂ ਵੱਧ ਹੈ ਤਾਂ ਉਹ ਮੈਨੂੰ ਕਹਿਣਗੇ ਵੀ ਬੁੜੀ ਅਜੇ ਤੂੰ ਮਰੀ ਕਿਉਂ ਨੀ, ਤਾਂ ਉਹ ਸਰਕਾਰ ਨੂੰ ਮੇਰੀ ਉਮਰ ਪੁੱਛਣ ਦੀ ਲੋੜ ਕੀ ਪੈਗੀ। ਦੱਸਦਾ ਰਿਹਾ ਵਾ ਮੇਰੀ ਇਹ ਤੈਨੂੰ ਵੀ ਸਰਕਾਰ ਨੇ ਆਪਾਂ ਨੂੰ ਮੰਡਿਆਡਰ ਘੱਲਣਾ ਆ, 200 ਤੇਰਾ 200 ਮੇਰਾ ਹੋ ਗਿਆ 400, ਮੈਂ 400 ਲੈ ਕੇ ਜਾਵਾਂਗੇ ਬਾਜ਼ਾਰ, ਹੱਟੀ ਵਾਲਾ ਲਾਲਾ ਆਖੇਗਾ ਲੰਘਿਓ ਬਾਦਸ਼ਾਹ ਲੰਘਿਓ, ਆਜੋ ਆਜੋ ਲੰਘਿਓ, ਦੱਸੋ ਕੀ ਕੁਝ ਚਾਹੀਦਾ। ਦੱਸਦਾ ਪਹਿਲਾਂ ਮੈਂ ਆਪ ਦੀ ਧਨੋ ਕੋਲੋਂ ਤਾਂ ਪੁੱਛ ਲਵਾਂ, ਧਨੋ ਪੁੱਛ ਲਵਾਂ। ਮੈਂ ਪੁੱਛ ਲਾ ਨੀ, ਫਿਰ ਇੱਧਰ ਕੋਲ ਨੂੰ ਹੋ, ਮੈਂ ਪੁੱਛ ਲਾ ਹੁਣ ਨਾ ਸੱਚ ਮੁੱਚ। ਧਨੋ ਫਿਰ ਤੂੰ ਇਹ ਦੱਸ ਬਈ ਤੂੰ ਸੁਥਨ ਸਵਾਣੀ ਕੇ ਲਹਿੰਗਾ? ਮੈਂ ਤਾਂ ਲਹਿੰਗਾ ਸਵਾਉ, ਮੈਂ ਤਾਂ ਲਹਿੰਗਾ ਸਵਾਉ, ਬੁੱਥੀ ਵੇਖੀ ਆ ਲਹਿੰਗੇ ਵਾਲੀ। ਚੱਲ ਤੂੰ ਵੀ ਕੀ ਯਾਦ ਕਰੇਗੀ ਵੀ ਕਿਹੜੇ ਰਹੀਸ਼ ਨਾਲ ਬਾਹ ਪੈ ਗਿਆ। ਕੋਈ ਗੱਲ ਨੀ ਤੈਨੂੰ ਲੈ ਦਵਾਂਗਾ ਤੈਨੂੰ ਲਹਿੰਗਾ, ਪਰ ਮੈਂ ਵੀ ਤੈਥੋਂ ਘੱਟ ਨੀ ਰਹਿੰਦਾ, ਆਪਣੇ ਵਾਸਤੇ ਖਰੀਦੂ ਇੱਕ ਚਾਦਰਾ, ਥੱਲੇ ਤਿੱਲੇ ਵਾਲੀ ਜੁੱਤੀ ਉੱਤੇ ਤੁਰਲੇ ਵਾਲੀ ਪੱਗ, ਲੈ ਜੋੜੀ ਨੂੰ ਦੇਖੂ ਸਾਰਾ ਜੱਗ। ਮੇਰੀ ਇਹ ਤੈਨੂੰ ਜਦੋਂ ਕੱਪੜੇ ਪਾ ਕੇ ਗਲੀ ਦੇ ਵਿੱਚੋਂ ਦੀ ਲੰਘਿਆ ਕਰਾਂਗੇ, ਆਏ ਹਾਏ 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 ਹਾਏ, ਤਬਾਹੀ ਮੱਚ ਜੂ ਤਬਾਹੀ। ਲੈ ਬਸ ਇੱਕ ਵਾਰੀ ਕੁੰਡਾ ਖੜਕਣ ਦੀ ਦੇਰ ਹੈ, ਲੈ ਵੇਖਦੀ ਜਾਵੀ ਮੇਰੀ ਇਹ ਤੈਨੂੰ ਕੁੰਡਾ ਜ਼ਰੂਰ ਖੜਕੂਗਾ। ਲੈ ਤੈਨੂੰ ਖੜਕ ਪਿਆ ਕੁੰਡਾ, ਵੇਖਿਆ ਲੈ ਆ ਗਿਆ ਮਨਿਆਡਰ, ਉਹ ਜਿਉਂਦੇ ਰਹੋ ਇਹ ਸਰਕਾਰਾਂ ਚਲਾਉਣ ਵਾਲਿਆ ਮੰਨ ਗਏ ਤੁਹਾਨੂੰ। ਲੈ ਵੇਖਿਆ ਤੈਨੂੰ ਆ ਗਿਆ, ਤੈਨੂੰ ਮੈਂ ਕਰਾਂਗਾ ਦਸਖਤ, ਤੂੰ ਲਾਵੀ ਗੂਠਾ, ਮੈਂ ਤਸਦੀਕ ਕਰਤਾ ਹੂੰ ਇਹ ਮੇਰੀ ਪਿਆਰੀ ਤੈਨੂੰ ਦਾ ਗੂਠਾ ਹੈ, ਤੈਨੂੰ ਤੂੰ ਇਹ ਸਾਫ ਕਰ ਛੇਤੀ ਦੇ ਕੇ। ਉਹ ਲੰਘਿਆ ਬਾਈ ਕੌਣ ਹੈ, ਅਸੀਂ ਤਾਂ ਕਦੋਂ ਦੇ ਉਡੀਕਦੇ ਪਏ ਆ, ਲੰਘਿਆ ਮੇਰਾ ਵੀਰ। ਕਿਉਂ ਬਈ, ਮਿਲਖੀ ਸਿੰਘ ਤੇਰਾ ਹੀ ਨਾਂ? ਓ ਜੀ ਸਤਿ ਸ੍ਰੀ ਅਕਾਲ, ਮੇਰਾ ਨਾਂ ਹੈ ਮਿਲਖੀ ਸਿੰਘ, ਮੇਰੇ ਘਰ ਵਾਲੀ ਦਾ ਨਾਂ ਤੈਨੂੰ। ਸਤਿ ਸ੍ਰੀ ਅਕਾਲ ਜੀ। ਕੋਈ ਗੱਲ ਨੀ ਜੀ, ਚਾਹ ਪਾਣੀ ਦੇ ਮਹੀਨੇ ਦੇ 10 ਵੀ ਤੁਹਾਨੂੰ ਵੀ ਦੇ ਦਿਆ ਕਰਾਂਗੇ। ਸਰਕਾਰੀ ਮੁਲਾਜ਼ਮ ਹੈ, ਚਾਹ ਪਾਣੀ ਬਗੈਰ ਕਾਹਨੂੰ ਕੋਈ ਕੰਮ ਕਰੇਗਾ, ਤੈਨੂੰ ਪੁੱਛ ਲਵਾਂ।
जी किन्ने दाए मनी आर्डर? मनी आर्डर क्यों, तुसे डाक वाले नहीं हो? ओ नहीं, मैं तो बिजली महकमे का बंदा, बिल लेके आया। बिल जी किन्ने दाए बिल? 440 दा। 440 मेरी है तन्नो, असी तो डिगदे पे सामने आर्डर, अब बिल लेके कितों आ गया? बस केड़ी सरकार ने रखती उल्टी पंजाली, ओए मेरे यार अब्बा। ले टाइम सर भुगतन आ जी, नहीं तो कंजक्शन कटा जाएगा। ओए ओए रब्बा ओए ओए सरकार आज रावण वालो वाडा कख ना रहे ओए सानू झूठे ला रहे रावण वालो बाबा जी मिल्खी सच्चा पिटदा है। चल पट्टा, लीडरां ने ते साडी गल सुनी नहीं है, पर हुण थाने चलिए। थाने क्यों बाबा जी? मैं नहीं थाने जाना, तुसी हो जायो। समझ गया समझ गया, तू डर गया। भाई मन्ना सिंह भगत नूं दस दे कि जुल्म दे खिलाफ संघर्ष करना ही पैंदा है। हेलो, हाँ जनाब, सब ठीक चल रहा है जनाब, मैं उस केस नूं चंगी तरह हल कर लिया सी। हाँ हाँ जनाब, जनाब ने जिस तरह हदायतां दित्तियां सी उसे अनुसार अमल कीता। सर उन्हां मुंडिया ने गलती तो बड़ी भारी कीती है, पर की करिए, बड़िया घरां दे काके ने, इस करके उन्हां दा बचा करना साडा फर्ज बनता जी। जनाब उस कुड़ी तो हल्फिया बयान ले लिया सी कि उस नाल बलात्कार नहीं होया, सिर्फ छेड़छाड़ हुई है। हाँ जनाब, सब कुछ उसे तरीके नाल कीता गया जिस नाल महकमे की रेपुटेशन कायम रहे। हाँ जनाब, हाँ हाँ, अखबार वालियां दा पूरा साथ लिया गया। हाँ सर, लॉ एंड ऑर्डर चंगी तरह कायम है। ठीक है सर, जय हिंद जनाब। सत श्री अकाल जनाब। सत श्री अकाल, कौन हो तुसी, की काम है बजुर्गो? जनाब मैं एक रिटायर स्कूल मास्टर हाँ, तुहानू मिलना है ते एक अर्ज करनी है। की अर्ज करनी है? जनाब गुंडियां दी एक ढाणी है, उस ढाणी दे गुंडे राह जांदियां कुड़ियां नूं तंग करदे ने ते उहनां ते आवाजे कसदे ने ते होर की उहनां नाल छेड़खानी करदे ने, ओह कार ते हुंदे ने ते दा लगण ते की ਉਹ ਕਿਸੇ ਨਾ ਕਿਸੇ ਕੁੜੀ ਨੂੰ ਕਾਰ ਵਿੱਚ ਸੁੱਟ ਲੈਂਦੇ ਨੇ ਤੇ ਉਸ ਦੇ ਨਾਲ ਸਮੂਹ ਬਲਾਤਕਾਰ ਕਰਦੇ ਨੇ। ਮੇਰੀ ਬੇਟੀ ਨਾਲ ਹਾਦਸਾ ਹੋਇਆ। ਤੁਹਾਨੂੰ ਪੱਕਾ ਪਤਾ ਹੈ ਕਿ ਤੁਹਾਡੀ ਬੇਟੀ ਨੂੰ ਉਹਨਾਂ ਨੇ ਕਾਰ ਵਿੱਚ ਜ਼ਬਰਦਸਤੀ ਸੁੱਟਿਆ ਸੀ? ਉਹ ਆਪਣੀ ਮਰਜ਼ੀ ਨਾਲ ਨਹੀਂ ਗਈ। ਉਹਨੇ ਆਪਣੀ ਮਰਜ਼ੀ ਨਾਲ ਕਿਉਂ ਜਾਣਾ ਸੀ? ਬਜ਼ੁਰਗੋ ਅੱਜ ਕੱਲ੍ਹ ਕੁੜੀਆਂ ਚਲੀਆਂ ਜਾਂਦੀਆਂ ਨੇ, ਇਹ ਤੁਹਾਡੇ ਵਾਲੇ ਸਮੇਂ ਨਹੀਂ ਰਹੇ। ਉਂਝ ਦੱਸੋ ਮੈਂ ਤੁਹਾਡੇ ਲਈ ਕੀ ਕਰ ਸਕਦਾ? ਉਹਨਾਂ ਗੁੰਡਿਆਂ ਨੂੰ ਗ੍ਰਿਫਤਾਰ ਕਰਨਾ ਹੈ ਤੇ ਕਾਨੂੰਨ ਕੋਲੋਂ ਉਹਨਾਂ ਨੂੰ ਉਹਨਾਂ ਦੇ ਗੁਨਾਹ ਦੀ ਸਜ਼ਾ ਦਿਵਾਉਣੀ ਹੈ। ਤੁਸੀਂ ਉਹਨਾਂ ਦੇ ਨਾਂ ਤੇ ਪਤੇ ਦੱਸ ਸਕਦੇ ਹੋ? ਹਾਂਜੀ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਤੇ ਪਛਾਣਦਾ ਵੀ ਹਾਂ। ਉਹਨਾਂ ਦੇ ਨਾਂ ਤੇ ਪਤੇ ਇਸ ਰਿਪੋਰਟ ਵਿੱਚ ਦਰਜ ਨੇ। ਬੰਟੀ ਸਪੁੱਤਰ ਹਰਜੀਤ ਸਿੰਘ DIG, ਲਵਲੀ ਸਪੁੱਤਰ BK ਖੰਨਾ IAS, ਡੰਪੀ ਸਪੁੱਤਰ KC ਅਟਵਾਲ MLA। ਬਜ਼ੁਰਗੋ ਕਿਸੇ ਹੋਰ ਅਫਸਰ ਜਾਂ ਪਤਵੰਤੇ ਸੱਜਣ ਦਾ ਨਾਂ ਰਹਿ ਗਿਆ ਸੀ ਤਾਂ ਉਹ ਵੀ ਲੈ ਲੈਣਾ ਸੀਗਾ। ਜਨਾਬ ਇਹ ਨਾਂ ਮੈਂ ਆਪਣੇ ਕੋਲੋਂ ਨਹੀਂ ਲਿਖੇ, ਇਹ ਨਾਂ ਅਸਲੀ ਨੇ। ਤੁਹਾਡਾ ਕੀ ਮਤਲਬ ਹੈ ਕਿ ਸਾਰੇ ਵੱਡੇ ਅਫਸਰਾਂ ਦੇ ਮੁੰਡੇ ਲਫੰਗੇ ਤੇ ਬਦਮਾਸ਼ ਹੁੰਦੇ ਨੇ? ਮੈਂ ਸਾਰੇ ਨਹੀਂ ਕਿਹਾ, ਜੋ ਹਨ ਮੈਂ ਉਹਨਾਂ ਦੇ ਨਾਂ ਲਏ ਨੇ। ਮੈਂ ਬੰਟੀ, ਡਿੰਪੀ ਤੇ ਲਵਲੀ ਦੇ ਨਾਂ ਲਏ ਨੇ। ਠੀਕ ਹੈ, ਤੁਸੀਂ ਇਹ ਦਰਖਾਸਤ ਇੱਥੇ ਛੱਡ ਜਾਓ, ਜੋ ਮੁਨਾਸਬ ਕਾਰਵਾਈ ਹੋਈ ਮੈਂ ਕਰੂੰਗਾ।